ਤੇ ਇਹ ਦੇਖਿਆ ਜੀ ਭਾਈ ਹੁਣੇ ਲਾਉਣ ਲੱਗੇ ਨੇ ਨਾਨ, ਇਹ ਇੰਜ ਤੇ ਕੁਛ ਨਾਨ ਨੇ ਜਿਹੜੇ ਉਹ ਪਹਿਲਾਂ ਦੇ ਲਾਲ ਹੋ ਚੁੱਕੇ ਨੇ। ਦੇਖੋ ਇਹ ਹੁਣ ਲੱਥਣਗੇ ਇੰਜ। ਪੰਜਾਬੀ ਰੇਡੀਓ USA ਤੋਂ ਮਸੂਦ ਮੱਲੀ ਇੱਕ ਵਾਰ ਫਿਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਗੁਰਦੁਆਰਾ ਬੇਕਰਸਫੀਲਡ 'ਚ। ਜਨਾਬ ਇਸ ਵੇਲੇ ਨਾਨ ਸੇਵਾ ਜਿਹੜੀ ਉਹ ਆਪਣੇ ਪੂਰੇ ਜ਼ੋਰਾਂ ਦੇ ਉੱਤੇ ਆ, ਲੰਗਰ ਵਾਲੇ ਸਟਾਲ 'ਤੇ ਆਪਾਂ ਆ ਚੁੱਕੇ ਹਾਂ ਔਰ ਇਹ ਨੇ ਜੀ ਗਾਰਲਿਕ ਨਾਨ, ਔਰ ਗਾਰਲਿਕ ਨਾਨ ਨੇ ਜਿਹੜੇ ਉਹਨਾਂ ਦੇ ਵਿੱਚ ਕੀ ਕੁਛ ਪੈਂਦਾ ਹੈ, ਇੱਕ ਤਾਂ ਪਹਿਲਾਂ ਉਹ ਨਜ਼ਾਰਾ ਰਹੋ, ਫਿਰ ਉਸ ਤੋਂ ਬਾਅਦ ਪੇੜੇ ਔਰ ਜਿੱਦਾਂ ਵੀਰ ਜੁੜੇ ਪਏ ਨੇ, ਇਹ ਜੋਸ਼ ਔਰ ਜਜ਼ਬਾ ਜਿਹੜਾ ਇਹ ਵੀ ਵੇਖਣ ਦੇ ਕਾਬਲ ਹੈ, ਇਹਦਾ ਵੀ ਆਨੰਦ ਹੈ ਜਿਹੜਾ ਉਹ ਮਾਣੋ ਅਤੇ ਆਓ ਜੀ ਪਲੀਜ਼। ਔਰ ਦੇਖੋ ਨਾ ਤਾਜ਼ੇ ਤਾਜ਼ੇ ਗਰਮਾ ਗਰਮ ਪਕੌੜੇ ਨੇ ਜਿਹੜੇ ਇਹ ਵੀ ਚੱਲੇ ਆ। ਆਹਾ ਇਹ ਪੇੜਾ ਜਿਹੜਾ ਇਹ ਤਾਂ ਭਰਾਵਾ ਵੈਸੇ ਡਰਦੇ ਤੇਰੇ ਕੋਲ ਸਿੱਧਾ ਹੋ ਜਾਂਦਾ ਹੋਏਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਿਲਕੁਲ ਠੀਕ ਠਾਕ, ਨਾਮ ਦੱਸੋ। ਮਨਦੀਪ ਸਿੰਘ ਨਾਮ ਜੀ। ਮਨਦੀਪ ਜੀ, ਕੀ ਸ਼ੈਵਾਂ ਨੇ ਜਿਹੜੀਆਂ ਇਹਦੇ 'ਚ ਪੈਣੀਆਂ ਗਾਰਲਿਕ ਨਾਨ 'ਚ, ਇਹ ਜ਼ਰਾ ਡਿਟੇਲ ਦੱਸੋ। ਇਹ ਗਾਰਲਿਕ ਆ, ਇੱਕ ਧਨੀਆ ਵਾ। ਇਹਨੂੰ ਕਿੱਦਾਂ ਬਣਾਇਆ ਜੀ? ਕੁੰਡੀ ਜੇ ਕੁੱਟਿਆ ਤੇ ਨਹੀਂ ਗਾ? ਇਹ ਗ੍ਰਾਇੰਡ ਕੀਤਾ ਜੀ, ਗ੍ਰਾਇੰਡ ਕਰਕੇ ਤੇ ਧਨੀਆ ਕੱਟਿਆ ਜੀ, ਤੇ ਉਹ ਲਾਰੇ ਉੱਪਰ ਤੇਲ ਲਾ ਕੇ ਨਾਲ। ਕੀ ਬਾਤ ਹੈ ਜੀ, ਇਹ ਹੈ ਰੈਸਪੀ ਗਾਰਲਿਕ ਨਾਨ ਦੀ। ਇਹਨੂੰ ਘੋਲਣ ਲੱਗਿਆ ਜਾਂ ਕਹਿ ਲਓ ਕਿ ਗੁੰਨਣ ਲੱਗਿਆ, ਕੀ ਸ਼ੈਵਾਂ ਨੇ ਜਿਹੜੀਆਂ ਉਹ ਪਾਈਆਂ ਐਵੇਂ ਤੇ ਤੁਹਾਡੇ? ਇਹਦੇ 'ਚ ਆਪਣਾ ਦੁੱਧ ਪੈਂਦਾ ਜੀ, ਪਾਣੀ ਪੈਂਦਾ ਨਾਲ ਮਿੱਠਾ ਸੋਡਾ। ਦੁੱਧ ਔਰ ਮੈਦਾ, ਆਪਣਾ ਦੁੱਧ ਔਰ ਪਾਣੀ ਮਿਕਸ ਕਰਕੇ ਪੈਂਦਾ। ਕਿਹੜਾ ਕਿਹੜਾ ਕੁਆਂਟਿਟੀ ਦੱਸੋਗੇ ਕਿ ਕਿੰਨਾ ਮੈਦਾ ਹੋਏ ਤੇ ਕਿੰਨਾ ਦੁੱਧ ਪਾਣੀ ਪੈਂਦਾ? 1 ਗੈਲਨ ਪਾਈਦਾ, 1 1 ਬੋਰੇ ਵਿੱਚ। 1 ਬੋਰੇ 'ਚ 1 ਗੈਲਨ ਦੁੱਧ, 1 ਗੈਲਨ ਪਾਣੀ, ਨਾਲ ਮਿੱਠਾ ਸੋਡਾ ਕਿੰਨਾ? ਮਿੱਠਾ ਸੋਡਾ 1 ਚਮਚਾ। 1 ਚਮਚਾ ਪਾ ਕੇ ਕਿੰਨਾ ਚਿਰ ਰੱਖਣਾ ਪੈਂਦਾ? ਇਹਨੂੰ 2 ਘੰਟੇ ਲੱਗਦੇ, 2 ਘੰਟੇ ਬਾਅਦ ਪੇੜੇ ਕਰੀਦੇ ਆ, ਉਸ ਤੋਂ ਬਾਅਦ ਫਿਰ ਘੰਟੇ ਕੁ ਬਾਅਦ। 2 ਘੰਟੇ ਇਹਨੂੰ ਗੋ ਕੇ ਰੱਖਣਾ ਆ, ਉਸ ਤੋਂ ਬਾਅਦ ਪੇੜੇ ਕਰਨੇ। ਪੇੜੇ ਕਿੰਨਾ ਚਿਰ ਰੱਖਣੇ? ਘੰਟੇ ਕੁ ਬਾਅਦ ਚਾਲੂ ਕਰ ਜੀ। 1 ਘੰਟਾ ਪੇੜੇ ਰੱਖਣੇ, ਯਾਨੀ 1 ਨਾਨ ਜਿਹੜਾ ਅਸੀਂ ਖਾਂਦੇ ਹਾਂ ਉਹਦੇ ਤੇ ਘੱਟੋ ਘੱਟ ਗੋਣ ਤੋਂ ਲੈ ਕੇ ਬਣਾਉਣ ਦਾ ਜਿਹੜਾ ਲੱਗਣ ਤੱਕ 3 ਘੰਟੇ ਦਾ ਸਮਾਂ ਲੱਗ ਜਾਂਦਾ। ਹਾਂਜੀ ਹਾਂਜੀ ਹਾਂਜੀ, ਕੈਰੀ ਓਨ ਜੀ, ਜਾਰੀ ਰੱਖੋ। 3 ਘੰਟੇ ਲੱਗਦੇ ਨੇ 1 ਨਾਨ ਤੇ, ਤੇ ਮੇਰਾ ਖਿਆਲ ਆ ਕਿ 30 ਸਕਿੰਟ ਲੱਗਦੇ ਨੇ ਉਹਦੇ ਖਾਣ 'ਚ, ਠੀਕ ਹੈ ਜੀ? ਤੇ ਜੇ ਜ਼ਰਾ ਰਜਿਆ ਪੁੱਜਿਆ ਹੋਵੇ ਬੰਦਾ ਤੇ ਫਿਰ ਕੋਈ ਸਮਾਂ ਹੋਰ ਵੀ ਅੱਗੇ ਚਲਾ ਜਾਂਦਾ। ਜੇ ਅੱਗੇ ਆਓ ਤੇ ਅਸੀਂ ਚਾਹੁੰਦੇ ਹਾਂ ਕਿ ਤੰਦੂਰ 'ਚ ਇਹ ਨਾਨ ਨੇ ਜਿਹੜੇ ਇਹ ਲਾਲ ਹੁੰਦੇ ਹੋਏ ਵੀ ਅਸੀਂ ਦੇਖੀਏ ਕਿ ਲੱਗਣ ਤੋਂ ਬਾਅਦ ਜਿਹੜਾ ਉਹ ਆਨੰਦ ਕਿਹੋ ਜਿਹਾ ਹੁੰਦਾ ਆ। ਸਾਡਾ ਕੈਮਰਾ ਅਗਰ ਤੁਹਾਡੇ ਤੱਕ ਪਹੁੰਚਦਾ ਕਰੇ ਤੇ ਇਹ ਦੇਖਿਆ ਜੀ ਭਾਈ ਹੁਣੇ ਲਾਉਣ ਲੱਗੇ ਨੇ ਨਾਨ, ਇਹ ਇੰਜ ਤੇ ਕੁਛ ਨਾਨ ਨੇ ਜਿਹੜੇ ਉਹ ਪਹਿਲਾਂ ਦੇ ਲਾਲ ਹੋ ਚੁੱਕੇ ਨੇ। ਦੇਖੋ ਇਹ ਹੁਣ ਲੱਥਣਗੇ ਇੰਜ। ਕੀ ਬਾਤਾਂ, ਵਾਹ 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 ਵਾਹ, ਇਹ ਹੈ ਜੀ ਉਹ ਸਵਾਦ ਇੰਜ, ਕਿਆ ਹੀ ਬਾਤ ਹੈ ਇਹਨਾਂ ਨਜ਼ਾਰਿਆਂ ਦੀ। ਔਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਹੋਏਗਾ ਸਲੂਕ ਇੰਜ, ਔਰ ਫਿਰ ਜਿਹੜੀਆਂ ਸੰਗਤਾਂ ਲੰਗਰ ਸਟਾਲ ਦੇ ਉੱਤੇ ਹੈ ਨੇ ਉਹ ਜਨਾਬ ਇਹਨਾਂ ਦਾ ਸਵਾਦ ਆ ਜਿਹੜਾ ਉਹ ਮੰਨਣਗੀਆਂ। ਤੇ ਲੰਗਰ ਸਟਾਲ ਦੇ ਉੱਤੇ ਬਾਕੀ ਜਿਹੜੀਆਂ ਸ਼ੈਵਾਂ ਹੈ ਨੇ, ਆਓ ਅਸੀਂ ਆਪਣੇ ਕੈਮਰੇ ਦੇ ਨਾਲ ਉਹ ਵੀ ਆਪ ਨੂੰ ਦਿਖਾਉਂਦੇ ਹਾਂ ਕਿ ਕੜੀ ਹੈ ਜਿਹੜੀ ਉਹ ਮੱਖਣ ਵਾਲੀ ਪਈ ਹੈ, ਛੋਲੇ ਨੇ ਜਿਹੜੇ ਦੇਸੀ ਘਿਓ ਬਣੇ ਜੀ ਬੜੇ ਸਵਾਦਿਸ਼ਟ ਉਹ ਮੌਜੂਦ ਨੇ, ਅੱਗੇ ਦਹੀਂ ਪੁਦੀਨਾ ਧਨੀਆ ਇਹਨਾਂ ਦੀਆਂ ਜਿਹੜੀਆਂ ਸੋਹਣੀਆਂ ਬੜੀਆਂ ਸੁਗਾਤਾਂ ਨੇ ਉਹ ਵੀ, ਅੱਗੇ ਮਾਂਹ ਨੇ ਜਿਹੜੇ ਉਹ ਵੀ ਬਣੇ ਹੋਏ ਪਏ ਹੋਏ ਨੇ, ਸੈਲਡ ਜਿਹੜਾ ਉਹ ਵੀ ਹੈ, ਔਰ ਨਾਨ ਤੋਂ ਅੱਡ ਰੋਟੀ ਹੈ ਜਿਹੜੀ ਉਹ ਵੀ ਮੌਜੂਦ ਹੈ। ਸੋ ਖੁੱਲ੍ਹਾ ਲੰਗਰ ਹੈ, ਖੁੱਲ੍ਹੀ ਸੇਵਾ ਹੈ। ਅੱਛਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਨਾਮ ਆਪ ਜੀ ਦਾ? ਬਹੁਤ ਵਧੀਆ ਜੀ, ਗੁਰਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਮਾਨਾ ਸਿੰਘ ਵਾਲਾ। ਕੀ ਬਾਤ ਹੈ, ਆਪ ਜੀ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਜੀ। ਅੱਛਾ ਜੀ, ਸਾਡੇ ਪੰਜਾਬੀ ਰੇਡੀਓ USA ਦੇ ਸੁਣਨ ਵਾਲਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਇਹ ਦੱਸੋਗੇ ਕਿ ਲੰਗਰ ਸੇਵਾ ਜਿਹੜੀ ਕਿੰਨੇ ਚਿਰ ਤੋਂ ਆਪ ਜੀ ਨਿਭਾ ਰਹੇ ਹੋ? ਇਹ ਬਹੁਤ ਚਿਰ ਦੀ ਨਾਲ ਤੁਰੀ ਆਉਂਦੀ ਹੈ, ਇਹ ਗੁਰੂਆਂ ਦੇ ਨਾਲ ਹੀ ਚੱਲੂਗੀ। ਤੁਸੀਂ ਕਦੋਂ ਤੋਂ ਇਹ ਨਿਭਾ ਰਹੇ ਜੇ? ਮੈਂ ਤਾਂ ਪਹਿਲੀ ਵਾਰੀ ਆਏ, ਪਹਿਲੀ ਵਾਰ ਆਏ ਜੇ, ਔਰ ਸੇਵਾ ਦੇ ਕੰਮ ਦੇ ਵਿੱਚ ਜੁੜੇ ਪਏ ਜੇ। ਲਓ ਜੀ, ਬਾਹਰ ਲੱਗੀਆਂ ਲਾਈਨਾਂ ਜਿਹੜੀਆਂ ਉਹਨਾਂ ਨੂੰ ਵੀ ਦੇਖੋ ਤੁਸੀਂ ਕਿ ਸੰਗਤਾਂ ਨੇ ਜਿਹੜੀਆਂ ਕਿਸ ਤਰ੍ਹਾਂ ਹੁਮਾ ਮਾ ਗਿਆ ਰਹੀਆਂ। ਆਹ ਪਕੌੜੇ ਵੀ ਨੇ, ਲਪੇਟੇ ਹੋਏ ਸਮੋਸੇ ਨੇ ਜਿਹੜੇ ਉਹ ਵੀ ਆਏ ਨੇ, ਔਰ ਅੱਗੇ ਕੈਚਅਪ ਔਰ ਚਟਨੀਆਂ ਨੇ ਜਿਹੜੀਆਂ ਉਹ ਵੀ ਹੈ ਨੇ। ਸੋ ਸਵਾਦ ਆ ਜਿਹੜਾ ਉਹ ਆਪਣੇ ਪੂਰੇ ਜ਼ੋਰਾਂ 'ਤੇ ਹੈ। ਅਗਰ ਆਨੰਦ ਮਾਣਨਾ ਹੈ ਤਾਂ ਸਾਡੇ ਨਾਲ ਰਹੋ, ਔਰ ਅਗਰ ਕੁਛ ਖਾਣ ਪੀਣ ਦਾ ਚੱਖਣ ਦਾ ਇਰਾਦਾ ਹੈ ਤਾਂ ਉਹਦੇ ਵਾਸਤੇ ਪਹੁੰਚਣਾ ਪਏਗਾ ਤੁਹਾਨੂੰ ਗੁਰਦੁਆਰਾ ਬੇਕਰਸਫੀਲਡ 'ਤੇ, ਜਿੱਥੇ ਨਗਰ ਕੀਰਤਨ ਬਿਲਕੁਲ ਤਿਆਰ ਹੈ। ਹੁਣ ਤੱਕ ਕਵਰੇਜ ਲਈ ਮਸੂਦ ਮੱਲੀ ਡਿਜੀਟਲ ਟੀਮ ਦੇ ਨਾਲ ਆਪ ਸਭ ਤੋਂ ਇਜਾਜ਼ਤ ਚਾਹੁੰਦਾ, ਮਿਲਦੇ ਹਾਂ ਫਿਰ ਕਵੇਰੀ ਨਾਲ।